ਪੰਜਾਬ ਭਰ 'ਚ ਕੰਟਰੈਕਟ ਬੇਸ 'ਤੇ ਲੱਗੇ ਹੈਲਥ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਅਤੇ ਆਪਣੀਆਂ ਬਣਦੀਆਂ ਮੰਗਾਂ ਨੂੰ ਸਰਕਾਰ ਪਾਸੋਂ ਪੂਰਾ ਕਰਵਾਉਣ ਦੇ ਲਈ ਪੰਜਾਬ ਭਰ ਦੇ ਵੱਖ ਵੱਖ ਹਿੱਸਿਆਂ ਅਤੇ ਸਿਹਤ ਵਿਭਾਗਾਂ ਦੇ ਦਫ਼ਤਰਾਂ ਅੱਗੇ ਮਲਟੀਪਰਪਸ ਹੈਲਥ ਵਰਕਰਾਂ ਵੱਲੋਂ ਧਰਨੇ ਲਗਾ ਕੇ ਸਰਕਾਰ ਵਿਰੁੱਧ ਰੋਸ ਜਤਾਇਆ ਜਾ ਰਿਹਾ ਹੈ। ਪਰ ਸਾਡੀਆਂ ਸਰਕਾਰਾਂ ਅਤੇ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਰੇਂਗ ਰਹੀ। ਇਸੇ ਕੜੀ ਤਹਿਤ ਫਰੀਦਕੋਟ ਸ਼ਹਿਰ ਅੰਦਰ ਵੀ ਸਿਹਤ ਵਿਭਾਗ ਅੱਗੇ ਸਥਾਨਕ ਮਲਟੀਪਰਪਸ ਹੈਲਥ ਮੁਲਾਜ਼ਮਾਂ ਵੱਲੋਂ ਧਰਨਾ ਲਗਾਇਆ ਗਿਆ, ਜਿਨ੍ਹਾਂ ਵਿੱਚ ਮੌਜੂਦ ਯੂਨੀਅਨ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਜਿਹੜੇ 10-15 ਸਾਲਾਂ ਤੋਂ ਇੱਥੇ ਲਗਾਤਾਰ ਸੇਵਾ ਦੇ ਰਹੇ ਹਾਂ, ਸਰਕਾਰਾਂ ਅੱਜ ਸਾਡੀ ਸਾਰ ਲੈਣ ਦੀ ਬਜਾਏ, ਸਾਨੂੰ ਤਰੱਕੀਆਂ ਦੇਣ ਦੀ ਬਜਾਏ, ਸਾਨੂੰ ਪੱਕਾ ਕਰਨ ਦੀ ਬਜਾਏ, ਸਾਡੇ ਤੋਂ ਘੱਟ ਤਨਖਾਹਾਂ ਲੈਣ ਵਾਲੇ ਜਿਨ੍ਹਾਂ ਨੂੰ ਇਸ ਫੀਲਡ ਬਾਰੇ ਕੋਈ ਤਜਰਬਾ ਕੋਈ ਕੰਮ ਕਰ ਨਹੀਂ ਆਉਂਦਾ, ਉਹਨਾਂ ਨੂੰ ਰੱਖ ਕੇ ਸਾਡੇ ਨਾਲ ਵਿਤਕਰੇਬਾਜ਼ੀ ਕਰ ਰਹੀ ਹੈ, ਸਾਡਾ ਮਖੌਲ ਬਣ ਰਿਹਾ ਹੈ। ਪਰ ਅਸੀਂ ਇਹ ਹਰਗਿਜ਼ ਨਹੀਂ ਹੋਣ ਦੇਵਾਂਗੇ। ਉਹਨਾਂ ਅੱਗੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ, ਜੇ ਸਾਨੂੰ ਪੱਕਾ ਨਾ ਕੀਤਾ ਗਿਆ, ਤਾਂ ਅਸੀਂ ਸਾਰੇ ਇਕੱਠੇ ਹੋ ਕੇ ਇਸ ਤੋਂ ਜ਼ਿਆਦਾ ਤਿੱਖਾ ਸੰਘਰਸ਼ ਕਰਾਂਗੇ। ਫਰੀਦਕੋਟ ਤੋਂ ਰੋਹਿਤ ਆਜ਼ਾਦ ਦੀ ਰਿਪੋਰਟ। ਹਾਂਜੀ ਸਰ, ਤੁਸੀਂ ਇੱਥੇ ਭੁੱਖ ਹੜਤਾਲ 'ਤੇ ਆਏ ਹੋ, ਸਾਨੂੰ ਕੁਝ ਜਾਣਕਾਰੀ ਦਿਓ। ਮੈਂ ਅੱਜ ਪੰਜਾਬ ਪੈਨਸ਼ਨਰ ਯੂਨੀਅਨ ਦਾ ਪੰਜਾਬ ਦਾ ਸੈਕਟਰੀ ਹੋਣ ਦੇ ਨਾਤੇ ਇਹ ਸਿਹਤ ਮੁਲਾਜ਼ਮ ਇਹ ਬੱਚੇ ਬੀਬੀਆਂ ਜੋ ਆਪਣੀਆਂ ਬਿਲਕੁਲ ਹੱਕੀ ਮੰਗ ਵਾਸਤੇ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਆ, ਇਹਨਾਂ ਦੇ ਸਮਰਥਨ 'ਚ ਅਸੀਂ ਆਏ ਹਾਂ। ਆਪਦੀ ਜਥੇਬੰਦੀ ਪੰਜਾਬ ਪੈਨਸ਼ਨਰ ਯੂਨੀਅਨ ਦੀ ਸਪੋਰਟ ਲੈ ਕੇ ਮੈਂ ਇਹਨਾਂ ਕੋਲ ਆਇਆ। ਬਹੁਤ ਸਾਰੀ ਅੱਜ ਕਿਉਂਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਸੀ, ਉਹ ਮਨਾਇਆ, ਕਾਫੀ ਵੱਡੀ ਗਿਣਤੀ 'ਚੋਂ ਸਾਥੀ ਚਲੇ ਗਏ ਆ। ਕੋਰੋਨਾ ਦੀਆਂ ਪਾਬੰਦੀਆਂ ਕਰਕੇ ਦੂਜੇ ਸਾਥੀਆਂ ਨੂੰ ਪਿੱਛੇ ਛੱਡ ਕੇ ਉਹਨਾਂ ਨੂੰ ਨਾਲ ਨਹੀਂ ਲੈ ਕੇ ਆਇਆ। ਇਹਨਾਂ ਦੇ ਸਮਰਥਨ 'ਚ ਉਹ ਜਿਹੜਾ ਮਤਾ ਪਾਸ ਕੀਤਾ, ਉਹਨਾਂ ਦਾ ਫੈਸਲਾ ਲੈ ਕੇ ਇਹਨਾਂ ਕੋਲ ਆਇਆ ਹੈ। ਬਹੁਤ ਵੱਡਾ ਧੱਕਾ ਪੰਜਾਬ ਸਰਕਾਰ ਕਰ ਰਹੀ ਹੈ। ਇਹ ਜਿਹੜੇ ਬੱਚੇ 15-15 ਸਾਲ ਹੋ ਗਏ ਇਹਨਾਂ ਸਿਹਤ ਸੰਸਥਾਵਾਂ 'ਚ ਕੰਮ ਕਰਦੇ, ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦਿਆਂ ਨੂੰ, ਅਜੇ ਤੱਕ ਜਿੰਨੀਆਂ ਸਰਕਾਰਾਂ ਹੋਈਆਂ ਪਹਿਲੇ ਬੱਚਿਆਂ ਨੂੰ ਠੇਕੇ ਵਾਲਿਆਂ ਨੂੰ ਜਾਂ ਕੱਚੇ ਮੁਲਾਜ਼ਮਾਂ ਨੂੰ ਐਡਜਸਟ ਕਰਕੇ ਰੈਗੂਲਰ ਕਰਕੇ ਫਿਰ ਨਵੀਂ ਭਰਤੀ ਦੀ ਗੱਲ ਕਰਦੀ ਹੈ। ਇਹ ਜਿਹੜਾ ਹੋਣ ਵਾਲਾ ਸਿਹਤ ਮੰਤਰੀ ਹੈ ਜਾਂ ਕੈਪਟਨ ਸਰਕਾਰ ਹੈ, ਇਹ ਸਾਰੀ ਨਵੀਂ ਭਰਤੀ ਨੂੰ ਸਿਰ ਭਰਨੇ ਖੜਾ ਕਰਨ ਲੱਗੇ ਹੋਏ ਹੈ ਵੀ ਬਾਹਰਲੇ ਬੱਚੇ ਬੇਰੁਜ਼ਗਾਰ ਆ, ਅਸੀਂ ਕਹਿੰਦੇ ਉਹਨਾਂ ਨੂੰ ਰੁਜ਼ਗਾਰ ਮਿਲੇ, ਕੋਈ ਹਰਜ ਨਹੀਂ ਉਹਦੇ 'ਚ। ਪਰ ਜਿਹੜੇ ਤਜਰਬਾ ਕਰਕੇ ਜਿਨ੍ਹਾਂ ਨੇ ਜ਼ਿੰਦਗੀ ਦੇ ਇੰਨੇ ਸਾਲ ਗਵਾਏ ਹੈ, ਓਵਰਏਜ ਹੋ ਗਏ ਆ ਜੋ ਹੋਣ ਦੇ ਕੰਢੇ 'ਤੇ ਹੈ, ਇਹਨਾਂ ਬੱਚਿਆਂ ਨੂੰ ਇਗਨੋਰ ਕਰਨਾ, ਇਹਨਾਂ ਨੂੰ ਕਹਿਣਾ ਵੀ ਤੁਸੀਂ ਦੂਜੇ ਬਾਹਰਲੇ ਬੱਚਿਆਂ ਵਾਂਗੂ ਤੁਸੀਂ ਅਪਲਾਈ ਕਰੋ, ਅਰਜ਼ੀ ਦਿਓ, ਫਿਰ ਉਹਨਾਂ ਰਾਹੀਂ ਆਓ, ਉਹ ਤਰੀਕਾ ਗਲਤ ਹੈ। ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਧੱਕੇਸ਼ਾਹੀ ਬੰਦ ਕਰੋ। ਨਿੱਤ ਦਿਹਾੜੀ ਕੋਈ ਨਾ ਕੋਈ ਹਮਲਾ, ਜਿਵੇਂ ਮੋਬਾਈਲ ਪੱਤਾ ਘਟਾਤਾ, ਮਹਿਕਮੇ 'ਚ ਪੋਸਟਾਂ ਖਤਮ ਕਰਤੀਆਂ, ਮੁਲਾਜ਼ਮਾਂ ਦੀਆਂ DA ਦੀਆਂ ਕਿਸ਼ਤਾਂ ਦੱਬੀ ਬੈਠੇ ਆ, ਪੇ ਕਮਿਸ਼ਨ ਦੱਬੀ ਬੈਠੇ ਆ, ਰੈਗੂਲਰ ਮੁਲਾਜ਼ਮਾਂ ਨਾਲ ਧੱਕਾ ਕਰੀ ਜਾਂਦੇ, ਅਸੀਂ ਝੱਲੀ ਜਾਂਦੇ ਹਾਂ। ਪਰ ਆਹ ਜਿਹੜਾ ਬੱਚਿਆਂ ਨਾਲ ਧੱਕਾ ਕਰਨਾ, ਨਵੀਂ ਪੀੜ੍ਹੀ ਨਾਲ ਜਿਨ੍ਹਾਂ ਨੇ ਜ਼ਿੰਦਗੀ 'ਚ ਆਪਣਾ ਸਾਰਾ ਕੁਛ ਕਰਨਾ ਹੈ, ਆਪਦੇ ਪਰਿਵਾਰ ਪਾਲਣੇ, ਆਪਦੇ ਬੱਚੇ ਪਾਲਣੇ ਹੈ, ਇਹਨਾਂ ਨਾਲ ਧੱਕੇਸ਼ਾਹੀ ਇੰਨੀ ਜਿਹੜੀ ਅਸੀਂ ਹਰ ਕਿਸੇ 'ਚ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਭਾਵੇਂ ਸੀਨੀਅਰ ਸਿਟੀਜ਼ਨ ਹੈ, ਰਿਟਾਇਰਡ ਮੁਲਾਜ਼ਮ ਹੈ, ਪਰ ਅਸੀਂ ਜਿੰਨੀ ਸਾਡੀ ਸਮਰੱਥਾ ਹੈ ਅਸੀਂ ਇਹਨਾਂ ਬੱਚਿਆਂ ਦੇ ਨਾਲ ਤਨ ਮਨ ਧਨ ਨਾਲ ਖੜ੍ਹੇ ਹੋਵਾਂਗੇ। ਧੰਨਵਾਦ। ਮੈਡਮ ਜੀ, ਅੱਜ ਦਾ ਤੁਹਾਡਾ ਕੀ ਪ੍ਰੋਗਰਾਮ ਹੈ, ਅੱਗੇ ਤੋਂ ਕੀ ਪ੍ਰੋਸੀਜਰ ਕਰਨਾ ਤੁਸੀਂ ਹੁਣ? ਹਾਂਜੀ, ਸਾਡਾ ਜੀ ਇਹ ਭੁੱਖ ਹੜਤਾਲ ਚੱਲ ਰਹੀ ਹੈ ਜੀ 24 ਜੁਲਾਈ ਤੋਂ ਕੰਟੀਨਿਊ। ਸਾਡੀਆਂ ਜਿਹੜੀਆਂ ਮੰਗਾਂ ਅਸੀਂ ਸਰਕਾਰ ਨੂੰ ਬਾਰ ਬਾਰ ਦੱਸ ਹੀ ਚੁੱਕੇ ਹੈਗੇ, ਜਿਹੜੀ ਸਿਹਤ ਮਹਿਕਮੇ ਦੇ ਅੰਦਰ ਇਹ ਨਵੀਂ ਭਰਤੀ ਕਰਨ ਜਾ ਰਹੇ ਹੈਗੇ ਆ। ਸਾਡੀ ਮੰਗ ਹੈਗੀ ਆ ਕਿ ਪਹਿਲਾਂ ਜਿਹੜੇ ਮੁਲਾਜ਼ਮ ਔਲਰੇਡੀ ਕੰਟਰੈਕਟ 'ਤੇ 15 ਸਾਲਾਂ ਤੋਂ ਸਰਵਿਸਿਸ ਦੇ ਰਹੇ ਹੈਗੇ ਆ, ਉਹਨਾਂ ਨੂੰ ਰੈਗੂਲਰ ਸੀਟਾਂ 'ਤੇ ਲਿਆ ਕੇ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਸਿਕਿਓਰ ਕੀਤਾ ਜਾਵੇ। ਫਿਰ ਜਿਹੜੇ ਰਹਿੰਦੀਆਂ ਸੀਟਾਂ ਹੈਗੀਆਂ ਉਹਨਾਂ 'ਤੇ ਨਵੀਂ ਭਰਤੀ ਕੀਤੀ ਜਾਵੇ। ਔਰ 1263 ਜਿਹੜੇ ਸਾਡੇ ਮੇਲ ਵਰਕਰ ਹੈਗੇ ਆ ਉਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕਰਕੇ ਉਹਨਾਂ ਦੀ ਜਿਹੜੀ ਸੈਲਰੀ ਆ ਉਹ ਰੈਗੂਲਰ ਦੇ ਬਰਾਬਰ ਤੁਰੰਤ ਕੀਤੀ ਜਾਵੇ। ਔਰ ਸਮੂਹ ਮਲਟੀਪਰਪਜ਼ ਕੇਡਰ ਨੂੰ ਸਾਡਾ ਜਿਹੜਾ ਉਹ ਜਿਹੜਾ COVID-19 ਦੇ ਵਿੱਚ ਸੇਵਾਵਾਂ ਨਿਭਾਉਣ ਦਾ ਜਿਹੜਾ ਸਪੈਸ਼ਲ ਇੰਕਰੀਮੈਂਟ ਆ ਜਿਹੜਾ ਉਹ ਲਾਗੂ ਕੀਤਾ ਜਾਵੇ। ਇਹ ਜਿਹੜਾ ਸਾਡਾ ਹੈਗਾ ਪ੍ਰੋਗਰਾਮ ਜੀ, ਇੱਕ ਸਰਕਾਰਾਂ ਨੂੰ ਅਸੀਂ ਬਾਰ ਬਾਰ ਹੀ ਦੱਸਣ ਦੇ ਬਾਵਜੂਦ ਅਸੀਂ ਮਜਬੂਰਨ ਹੋ ਕੇ ਇਹ ਇਸ ਸਟੈਪ 'ਤੇ ਉਤਰੇ ਹੈਗੇ ਹਾਂ। ਜਿਹੜਾ ਸਾਡਾ ਇਹ ਸੰਘਰਸ਼ ਆ ਇਹ ਦਿਨੋਂ ਦਿਨ ਤਿੱਖਾ ਹੋਵੇਗਾ, ਕਿਉਂਕਿ ਸਰਕਾਰਾਂ 24 ਤਰੀਕ ਤੋਂ ਅਸੀਂ ਜਿਹੜੀ ਇਹ ਭੁੱਖ ਹੜਤਾਲ ਕੀਤੀ ਹੈਗੀ ਆ। ਵਿਰੋਧੀ ਧਿਰ ਵੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਏ ਆ। ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਵਾ, ਕਲੈਰੀਕਲ ਜਥੇਬੰਦੀ ਆ, ਪੈਰਾਮੈਡੀਕਲ ਜਥੇਬੰਦੀ ਆ, ਕਿਸਾਨ ਜਥੇਬੰਦੀ ਆ, ਟੋਟਲ ਜਥੇਬੰਦੀਆਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀਆਂ ਹੋਈਆਂ।
ਹਾਂ ਬਾਰ ਬਾਰ ਸਾਡੀ ਮੰਗ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਜਿਹੜੀ ਸਰਕਾਰ ਆ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਸਰਕਾਰ ਨੇ ਸਾਨੂੰ ਅੱਜ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਇਹ ਨਹੀਂ ਪੁੱਛਿਆ ਹੈਗਾ ਕਿ ਤੁਸੀਂ ਭੁੱਖ ਹੜਤਾਲ ਸਟਾਰਟ ਕੀਤੀ ਹੈਗੀ ਆ ਦੱਸੋ ਅਸੀਂ ਤੁਹਾਡੇ ਨਾਲ ਮੀਟਿੰਗ ਕਰਦੇ ਹਾਂ ਜਾਂ ਤੁਹਾਡੀਆਂ ਮੰਗਾਂ ਕੀ ਹੈਗੀਆਂ ਸਰਕਾਰ ਇੰਨਾ ਜ਼ਿਆਦਾ ਬੇਰੁਖੀ ਵਾਲਾ ਬਿਹੇਵ ਕਰ ਰਹੀ ਹੈਗੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਜਬੂਰਨ ਹੋ ਕੇ ਕੋਵਿਡ-19 ਦੀਆਂ ਸੇਵਾਵਾਂ ਦੇ ਉੱਪਰ ਰੋਕ ਲਗਾਉਣੀ ਪਊਗੀ ਅਤੇ ਮਜਬੂਰਨ ਹੋ ਕੇ ਸਾਨੂੰ ਜਿਹੜਾ ਸੰਘਰਸ਼ ਨੂੰ ਤਿੱਖਾ ਰੂਪ ਦੇਣਾ ਪਊਗਾ। ਹਾਂਜੀ ਸਰ, ਅੱਜ ਦਾ ਤੁਹਾਡਾ ਕੀ ਪ੍ਰੋਗਰਾਮ ਹੈ ਜੀ? ਸਰ ਪ੍ਰੋਗਰਾਮ ਲਗਾਤਾਰ 24 ਤਰੀਕ ਤੋਂ 31 ਚੱਲਦਾ ਆ ਰਿਹਾ, ਭੁੱਖ ਹੜਤਾਲ 9 ਤੋਂ 5 ਜੀ। ਪ੍ਰੋਗਰਾਮ 'ਚ ਕੋਈ ਚੇਂਜ ਨਹੀਂ ਹੈਗੀ ਜੀ, ਮੰਗਾਂ ਉਹੀ ਆ 3 ਸਾਡੀਆਂ ਮੇਨ ਹੈਗੀਆਂ, ਜਿਹੜੀਆਂ ਕੁੜੀਆਂ ਨਰਚਮ ਦੇ ਵਿੱਚ 12-15 ਸਾਲ ਤੋਂ ਕੰਮ ਕਰਦੀਆਂ ਪਈਆਂ। ਸਰਕਾਰ ਨੂੰ ਥੋੜ੍ਹੀ ਬਹੁਤੀ ਸ਼ਰਮ ਚਾਹੀਦੀ ਆ, ਛੋਟੇ ਛੋਟੇ ਬੱਚੇ ਛੱਡ ਕੇ ਫੀਡ ਲੈਂਦੇ ਬੱਚੇ ਛੱਡ ਕੇ ਘਰੇ ਇੱਥੇ ਸਾਡੇ ਕੋਲ ਧਰਨਿਆਂ 'ਤੇ ਬੈਠੀਆਂ ਹੈਗੀਆਂ। ਪਹਿਲੀ ਮੰਗ ਸਾਡੀ ਇਹੀ ਆ ਕੁੜੀਆਂ ਨੂੰ ਪਰਮਾਨੈਂਟ ਕੀਤਾ ਜਾਵੇ, ਭਰਤੀ ਦੇ ਅਸੀਂ ਖਿਲਾਫ਼ ਨਹੀਂ ਹੈਗੇ ਪਰ ਪਹਿਲਾਂ ਇਹਨਾਂ ਨੂੰ ਐਡਜਸਟ ਕੀਤਾ ਜਾਵੇ। ਦੂਸਰੀ ਸਾਡੀ ਮੰਗ ਹੈ ਕਿ 1263 ਮੁੰਡਿਆਂ ਦੀ ਜਿਹੜੀ ਲੈ ਉਹਨਾਂ ਦਾ ਜਿਹੜਾ ਪ੍ਰੋਵੀਜ਼ਨ ਫੀਡ ਆ ਉਹ ਤੁਰੰਤ ਖਤਮ ਕਰਕੇ ਉਹਨਾਂ ਨੂੰ ਪੱਕੀਆਂ ਤਨਖਾਹਾਂ, ਪ੍ਰੋਪਰ ਕੰਮ, ਪ੍ਰੋਪਰ ਸਕਿੱਲ ਦਿੱਤਾ ਜਾਵੇ। ਤੀਸਰਾ ਸਾਡਾ ਜਿਹੜਾ ਕੋਵਿਡ-19 ਦੇ ਵਿੱਚ ਅਸੀਂ ਦਿਨ ਭਰ ਰਾਤ ਹੈਲਥ ਡਿਪਾਰਟਮੈਂਟ ਨੇ ਕੰਮ ਕੀਤਾ, ਸਪੈਸ਼ਲ ਇੰਕਰੀਮੈਂਟ ਲਾਇਆ ਜਾਵੇ। ਚੌਥੀ ਜਿਹੜੀ ਗੱਲ ਮੈਂ ਸਰਕਾਰ ਦੀ ਬੜੀ ਸ਼ਰਮ ਲਾਈ ਹੋਈ ਆ ਵੀ ਸਾਨੂੰ ਇੱਕ ਫੋਨ ਲਾਂਸ ਮਿਲਦਾ ਹੁੰਦਾ ਸੀ 250 ਰੁਪਈਆ, ਉਹ ਵੀ ਇਹਨਾਂ ਦੇ ਢਿੱਡੀ ਪੀੜਾਂ ਕਰ ਗਿਆ, ਉਹ ਵੀ ਸਾਡਾ ਕੱਟ ਕੇ 150 ਕਰਤਾ, ਅਤੇ ਜਿਹੜੇ ਆਪਦੇ ਵਿਧਾਇਕਾਂ ਦਾ ਉਹ 15,000 ਰੁਪਈਆ ਮਹੀਨੇ ਦਾ ਕਰਤਾ। ਅਸੀਂ ਫੋਨ ਯੂਜ਼ ਕਰਦੇ ਹਾਂ ਸਰਕਾਰੀ ਕੰਮਾਂ ਵਾਸਤੇ, ਸਾਡੇ ਕੋਲ ਕੰਮ ਹੀ ਇੰਨੇ ਆ। ਦੂਸਰਾ ਜਿਹੜਾ ਹੈਗਾ ਇਹਨਾਂ ਨੇ ਫੋਨ ਯੂਜ਼ ਕਰਨੇ ਆ ਲੋਕਾਂ ਨੂੰ ਲਾਰੇ ਲਾਉਣ ਵਾਸਤੇ, ਉਹਦਾ ਜਿਹੜਾ ਲਾਂਸ ਆ 15,000 ਰੁਪਈਆ, ਜਿਹੜੇ ਅਸੀਂ ਵਰਕਰ ਜਾਂ ਪੱਕੇ ਮੁਲਾਜ਼ਮ ਕਰਦੇ ਪਏ ਹਾਂ ਸਾਨੂੰ 250 ਮਿਲਦਾ ਸੀਗਾ 150 ਕਰਤਾ। ਤੀਸਰਾ ਜਿਹੜਾ ਹੈਗਾ ਵੀ ਜਿਹੜੀਆਂ ਸਾਡੀਆਂ ਇਹ ਮੰਗਾਂ ਸਰਕਾਰ ਨੇ ਜੇ ਇਹ ਟਾਈਮ ਸਿਰ ਪੂਰੀਆਂ ਨਾ ਕੀਤੀਆਂ ਤਾਂ ਫਿਰ 7 ਤਰੀਕ ਨੂੰ ਸਾਡਾ ਮੋਤੀ ਮਹਿਲ ਵਾਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਪੱਕਾ ਹੈਗਾ, ਉਹ ਅਸੀਂ ਘੇਰਾਂਗੇ। ਉਹ ਮੈਂ ਹਰ ਰੋਜ਼ ਹੀ ਕਹਿੰਦਾ ਹੁੰਦਾ ਵੀ ਜਿਹੜੀ ਉਹਦੇ ਵਿੱਚ ਸਾਡਾ ਕੋਈ ਨੁਕਸਾਨ ਹੋਇਆ ਕਿਸੇ ਮੁਲਾਜ਼ਮ ਦਾ ਜਾਂ ਕਿਸੇ ਭੈਣ ਭਰਾ ਕੋਈ ਜਾਨੀ ਮਾਨੀ ਨੁਕਸਾਨ ਹੋਇਆ ਉਹਦੀ ਸਾਰੀ ਜ਼ਿੰਮੇਵਾਰੀ ਕੈਪਟਨ ਸਰਕਾਰ ਅਤੇ ਕੈਪਟਨ ਸਾਹਿਬ ਦੀ ਹੋਊਗੀ, ਭਰਪਾਈ ਉਹ ਕਰਨਗੇ। ਇੱਕ ਇਹਨਾਂ ਨੇ ਸਾਨੂੰ 2400 ਰੁਪਈਆ ਸਾਲਾਨਾ ਜਜੀਆ ਟੈਕਸ ਲਾਇਆ, ਜਦੋਂ ਕਿ ਅਸੀਂ ਰਿਟਰਨਾਂ ਪੇ ਕਰਦੇ ਹਾਂ ਅਤੇ ਉਹਦੇ ਬਾਵਜੂਦ ਸਾਨੂੰ 200 ਰੁਪਈਆ ਪਰ ਮੰਥ ਦਾ ਇਹਨਾਂ ਨੇ ਜਜੀਆ ਟੈਕਸ ਲਾਇਆ ਹੋਇਆ। ਸਰਕਾਰ ਨੇ ਹਜੇ ਤੱਕ ਉਹ ਵੀ ਨਹੀਂ ਕੱਟਿਆ, ਅਸੀਂ ਕਿੰਨੇ ਧਰਨੇ ਲਾ ਚੁੱਕੇ, ਕਿੰਨੀਆਂ ਮੰਗਾਂ ਪੱਤਰ ਦੇ ਚੁੱਕੇ ਹਾਂ। ਅਤੇ ਬਾਕੀ ਜਿਹੜੀਆਂ ਸਾਡੀਆਂ ਇਹ ਜੈਨੂਨ ਮੰਗਾਂ ਹੈਗੀਆਂ ਤੁਰੰਤ ਸਰਕਾਰ ਚਾਹੁੰਦੇ ਆ ਵੀ ਲਾਗੂ ਕਰੇ, ਸਾਡੀਆਂ ਇਹਨਾਂ ਮੰਗਾਂ ਨੂੰ ਮੰਨੇ। ਭੁੱਖ ਹੜਤਾਲਾਂ 'ਤੇ ਆਪਦੇ ਬੱਚੇ ਛੋਟੇ ਛੋਟੇ ਛੱਡ ਕੇ ਨਾਲੇ ਨੌਕਰੀਆਂ ਵੀ ਕਰਦੇ ਪਏ ਹਾਂ, ਭੁੱਖ ਹੜਤਾਲਾਂ 'ਤੇ ਵੀ ਬਹਿੰਦੇ ਪਏ ਹਾਂ, ਕੋਵਿਡ-19 ਧਿਆਨ 'ਚ ਰੱਖ ਕੇ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਦੇ ਹੋਏ ਸਾਰਾ ਅਸੀਂ ਸਰਕਾਰ ਦੇ ਮੁਤਾਬਕ ਕੰਮ ਕਰਦੇ ਪਏ ਹਾਂ, ਪਰ ਸਾਨੂੰ ਹਜੇ ਤੱਕ ਕੋਈ ਬੈਨੀਫਿਟ ਨਹੀਂ ਮਿਲਿਆ। ਸਾਡੀਆਂ ਜਿਹੜੀਆਂ ਬਣਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।